ਕਹਿਣਾ ਪੈ ਰਿਹਾ ਹੈਗਾ ਜਿਹੜਾ ਸੁਪਰੀਮ ਕੋਰਟ ਦੇ ਰਾਹੀਂ ਜਿਹੜੀਆਂ ਤਾਕਤਾਂ ਸਿੱਖ ਕੌਮ ਦੇ ਖਿਲਾਫ ਬੜੇ ਕਈ ਸਾਲਾਂ ਤੋਂ ਭੁਗਤਦੀਆਂ ਆ ਰਹੀਆਂ ਹੈਗੀਆਂ ਉਹ ਅੱਜ ਸੁਪਰੀਮ ਕੋਰਟ ਦਾ ਵੀ ਉਹ ਇਸਤੇਮਾਲ ਕਰਕੇ ਦੁਬਾਰਾ ਸਿੱਖ ਕੌਮ ਦੇ ਖਿਲਾਫ ਭੁਗਤ ਰਹੀਆਂ ਹੈਗੀਆਂ ਅਤੇ ਉਹਦਾ ਇੱਕ ਤਾਜ਼ਾ ਐਗਜ਼ਾਮਪਲ ਜਿਹੜਾ ਹੁਣ ਆਇਆ ਹੈਗਾ ਜਿਹੜਾ ਸਾਨੂੰ ਹਿੰਦੁਸਤਾਨ ਦੇ ਵਿੱਚ ਸਾਨੂੰ ਇਹ ਦੱਸਣਾ ਪੈ ਰਿਹਾ ਹੈਗਾ ਕਿ ਸਿੱਖ ਵਾਸਤੇ ਪਗੜੀ ਕਿਉਂ ਜ਼ਰੂਰੀ ਹੈਗੀ ਹੈ। ਇਹ ਗੱਲ ਜੇ ਸਾਨੂੰ ਫਰਾਂਸ ਦਾ ਰਾਸ਼ਟਰਪਤੀ ਪੁੱਛਦਾ ਜਾਂ ਫਰਾਂਸ ਦਾ ਸੁਪਰੀਮ ਕੋਰਟ ਪੁੱਛਦਾ, ਜਰਮਨ ਦਾ ਪੁੱਛਦਾ, ਸਵਿਟਜ਼ਰਲੈਂਡ ਦਾ ਪੁੱਛਦਾ, ਯੂਰਪ ਦਾ ਜਾਂ ਦੁਨੀਆ ਦੇ ਕਿਸੇ ਵੀ ਕੰਟਰੀ ਦਾ ਜੇ ਕੋਈ ਕੋਰਟ ਸਾਨੂੰ ਪੁੱਛਦਾ ਵੀ ਸਿੱਖ ਵਾਸਤੇ ਪਗੜੀ ਜ਼ਰੂਰੀ ਕਿਉਂ ਹੈ, ਤਾਂ ਇਹ ਕੋਈ ਵੱਡੀ ਗੱਲ ਨਹੀਂ ਸੀਗੀ। ਅਸੀਂ ਉਹਨਾਂ ਨੂੰ ਦੱਸ ਸਕਦੇ ਸੀਗੇ ਵੀ ਇਹ ਪਗੜੀ ਜਿਹੜੀ ਹੈਗੀ ਹੈ ਉਹ ਸਾਡੀ ਅੰਗ ਹੈਗਾ, ਉਹ ਇੱਕ ਸਾਡੇ ਸਰੀਰ ਦਾ, ਸਿੱਖ ਦੇ ਸਰੀਰ ਦਾ ਅੰਗ ਹੈਗਾ। ਇਹ ਅਸੀਂ ਕਿਸੇ ਦੂਸਰੀ ਦੁਨੀਆ ਦੇ ਕਾਨੂੰਨ ਨੂੰ ਦੱਸ ਸਕਦੇ ਸੀਗੇ, ਕੋਈ ਵੱਡੀ ਗੱਲ ਨਹੀਂ ਸੀਗੀ। ਅੱਜ ਹਿੰਦੁਸਤਾਨ ਦੇ ਵਿੱਚ ਸਾਨੂੰ ਇਹ ਸੁਪਰੀਮ ਕੋਰਟ ਪੁੱਛ ਰਿਹਾ ਹੈਗਾ ਕਿ ਸਿੱਖ ਵਾਸਤੇ ਪਗੜੀ ਜ਼ਰੂਰੀ ਕਿਉਂ ਹੈਗੀ ਹੈ, ਉਹ ਹੈਲਮਟ ਕਿਉਂ ਨਹੀਂ ਪਾ ਸਕਦਾ। ਇਹ ਇੱਕ ਕੋਈ ਛੋਟੀ ਗੱਲ ਨਹੀਂ ਹੈਗੀ ਹੈ, ਮੈਨੂੰ ਬੜੇ ਦੁੱਖ ਦੇ ਨਾਲ ਇਹ ਗੱਲ ਕਹਿਣੀ ਪੈ ਰਹੀ ਹੈਗੀ ਹੈ। ਮੇਰੇ ਜਿਹੜੇ ਆਪਣੇ ਜਿਹੜੇ ਆਫਿਸ ਦਾ ਸਟਾਫ ਵੀ ਹੈਗਾ ਜਾਂ ਨੌਨ ਸਿੱਖ ਭਾਈਚਾਰਾ ਦੇ ਲੋਕ ਜਿਹੜੇ ਹੈਗੇ ਆ ਜਿਹੜੇ ਕਿ ਮੋਦੀ ਦੇ ਸਪੋਰਟਰ ਹੈਗੇ ਆ, ਉਹ ਵੀ ਇਹ ਗੱਲ ਕਹਿ ਰਹੇ ਆ ਵੀ ਇਹ ਕੋਈ ਵੱਡੀ ਗੱਲ ਥੋੜ੍ਹੀ ਨਾ ਹੈਗੀ ਹੈ, ਤੁਸੀਂ ਐਡਜਸਟ ਕਰ ਲਓ, ਟੋਪੀ ਪਾ ਲਓ, ਆਪਣਾ ਹੈਲਮਟ ਪਾ ਲਓ, ਇਹਦੇ 'ਚ ਕੀ ਦਿੱਕਤ ਹੋ ਗਈ ਹੈਗੀ। ਮਤਲਬ ਜਿਹੜਾ ਨਫ਼ਰਤ ਦਾ ਆਲਮ RSS ਅਤੇ BJP ਨੇ ਮਿਲ ਕੇ ਜਿਹੜਾ ਹਿੰਦੁਸਤਾਨ ਦੇ ਵਿੱਚ ਫੈਲਾਇਆ ਹੈਗਾ, ਲੋਕਾਂ ਦੇ ਵਿੱਚ ਫੈਲ ਚੁੱਕਿਆ ਹੈਗਾ ਜਿਹੜੇ ਕਿ ਇਹਨਾਂ ਦੇ BJP ਅਤੇ RSS ਦੇ ਸਪੋਰਟਰ ਹੈਗੇ ਆ, ਔਰ ਬਿਲਕੁਲ ਸਾਰਿਆਂ ਦੀ ਭਾਸ਼ਾ ਸੇਮ ਹੋ ਚੁੱਕੀ ਹੈਗੀ। ਇਹ ਬੜੀ ਖਤਰਨਾਕ ਸਥਿਤੀ ਹੈਗੀ ਹੈ ਘੱਟ ਗਿਣਤੀਆਂ ਵਾਸਤੇ ਅਤੇ ਖਾਸ ਕਰਕੇ ਸਿੱਖਾਂ ਵਾਸਤੇ, ਅਤੇ ਇਹ ਸਾਨੂੰ ਇਹ ਬਹੁਤ ਹੀ ਇੱਕ ਸੀਰੀਅਸ ਨੋਟ 'ਤੇ ਮੈਂ ਗੱਲ ਕਰ ਰਿਹਾ ਹੈਗਾ ਕਿ ਇਹ ਜਿਹੜਾ ਪਗੜੀ ਦਾ ਮੁੱਦਾ ਕੋਈ ਹਲਕਾ ਮੁੱਦਾ ਨਹੀਂ ਹੈਗਾ, ਇਹ ਸਾਡੀ ਅਸਤਿਤਵ ਦਾ ਮੁੱਦਾ ਹੈਗਾ, ਸਾਡੀ ਹੋਂਦ ਦਾ ਮੁੱਦਾ, ਸਾਡੀ ਅਣਖ ਦਾ ਮੁੱਦਾ ਹੈਗਾ। ਔਰ ਹਿੰਦੁਸਤਾਨ ਦੇ ਵਿੱਚ ਜਿੱਥੇ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਆਪਣਾ ਸਰਬੰਸ ਵਾਰਿਆ, ਸਾਡੇ ਜਿਹੜੇ ਜਰਨੈਲ ਹੋਏ ਆ ਉਹਨਾਂ ਨੇ ਆਪਣੀਆਂ ਸ਼ਹੀਦੀਆਂ ਦਿੱਤੀਆਂ ਹੈਗੀਆਂ, ਔਰ ਸਾਡੇ ਫੌਜੀਆਂ ਨੇ ਜਿਹੜੇ ਹੈਗੀਆਂ ਸਰਹੱਦਾਂ ਦੀ ਰਾਖੀ ਵਾਸਤੇ ਇਹੀ ਦਸਤਾਰ ਪਾ ਕੇ ਉਹਨਾਂ ਨੇ ਜਿਹੜੀਆਂ ਸ਼ਹੀਦੀਆਂ ਦਿੱਤੀਆਂ। ਫੌਜ ਦੇ ਵਿੱਚ ਵੀ ਅੰਗਰੇਜ਼ਾਂ ਦੇ ਟਾਈਮ ਬਿਨਾਂ ਹੈਲਮਟ ਕੋਈ ਆਰਮੀ ਦੇ ਵਿੱਚ ਐਂਟਰ ਨਹੀਂ ਕਰ ਸਕਦਾ ਸੀਗਾ। ਅੰਗਰੇਜ਼ਾਂ ਨੇ ਸਿੱਖ ਸਪੈਸ਼ਲ ਜਿਹੜਾ ਹੈਗਾ ਪ੍ਰੋਵੀਜ਼ਨ ਦਿੱਤਾ ਸੀਗਾ ਸਿੱਖਾਂ ਨੂੰ ਕਿ ਉਹ ਸਿੱਖ ਪਗੜੀ ਪਾ ਕੇ ਆਰਮੀ 'ਚ ਫਾਈਟ ਕਰ ਸਕਦੇ ਆ, ਕਿਉਂਕਿ ਅਸੀਂ ਮਾਰਸ਼ਲ ਕੌਮ ਰਹੇ ਹਾਂ, ਅਸੀਂ ਰਾਜ ਕੀਤਾ ਸੀਗਾ, ਇਹ ਪੱਗ ਪਾ ਕੇ ਰਾਜ ਕੀਤਾ ਸੀ, ਔਰ ਇਹ ਪੱਗ ਪਾ ਕੇ ਹੀ ਅਸੀਂ ਫੌਜ ਜੰਗਾਂ ਜਿੱਤੀਆਂ ਸੀਗੀਆਂ, ਅਤੇ ਇਸ ਗੱਲ ਨੂੰ ਸਾਰੀ ਦੁਨੀਆ ਐਕਨੋਲੇਜ ਕਰਦੀ ਹੈਗੀ ਹੈ। ਲੇਕਿਨ ਹਿੰਦੁਸਤਾਨ ਦੇ ਵਿੱਚ ਜਦੋਂ ਇਹ ਸੁਪਰੀਮ ਕੋਰਟ ਸਾਨੂੰ ਇਹ ਪੁੱਛ ਰਿਹਾ ਹੈਗਾ ਕਿ ਸਿੱਖ ਵਾਸਤੇ ਪਗੜੀ ਕਿਉਂ ਜ਼ਰੂਰੀ ਹੈਗੀ ਹੈ, ਅਤੇ ਇਹ ਕੋਈ ਬੜੀ ਛੋਟੀ ਜਾਂ ਆਮ ਗੱਲ ਨਹੀਂ ਹੈਗੀ, ਬੜੀ ਇਹ ਸੀਰੀਅਸ ਗੱਲ ਹੈਗੀ ਹੈ। ਇੱਕ ਤਰੀਕੇ ਦੇ ਨਾਲ ਸਾਨੂੰ ਵੰਗਾਰਿਆ ਜਾ ਰਿਹਾ, ਸਿੱਖ ਕੌਮ ਨੂੰ ਜਿਹੜਾ ਹੈਗਾ ਵੰਗਾਰਿਆ ਜਾ ਰਿਹਾ, ਉਹਦਾ ਢੁੱਕਵਾਂ ਜਵਾਬ ਸਿੱਖ ਕੌਮ ਪੂਰੀ ਸਿੱਖ ਕੌਮ ਨੂੰ ਬੇਨਤੀ ਹੈਗੀ ਹੈ, ਜਿਸ ਤਰੀਕੇ ਦੇ ਨਾਲ ਨਾਨਕ ਸ਼ਾਹ ਫਕੀਰ ਦਾ ਢੁੱਕਵਾਂ ਜਵਾਬ ਅਸੀਂ ਜਿਹੜੀ ਆ ਮੁੱਠੀ ਬੰਦ ਕਰਕੇ ਜਿਹੜਾ ਅਸੀਂ ਘਸੁੰਨ ਬਣਦਾ ਹੈ ਜਿਹੜਾ, ਅਤੇ ਜਿਹੜਾ ਘਸੁੰਨ ਅਸੀਂ ਸੁਪਰੀਮ ਕੋਰਟ ਦੇ ਮਾਰਿਆ ਸੀ ਨਾਨਕ ਸ਼ਾਹ ਫਕੀਰ ਦੇ ਟਾਈਮ 'ਤੇ, ਉਹ ਹੀ ਘਸੁੰਨ ਦੁਬਾਰਾ ਬਣਨ ਦੀ ਲੋੜ ਹੈਗੀ ਹੈ। ਘਸੁੰਨ ਬਣਦਾ ਸਾਰੀ ਜਦੋਂ ਉਂਗਲਾਂ ਬੰਦ ਹੁੰਦੀਆਂ, ਮੁੱਠੀ ਬੰਦ ਹੁੰਦੀ, ਉਦੋਂ ਘਸੁੰਨ ਬਣਦਾ। ਅਤੇ ਇਸੇ ਤਰੀਕੇ ਦੇ ਨਾਲ ਅੱਜ ਵੀ ਮੈਂ ਬੇਨਤੀ ਕਰਦਾ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਜਿੰਨੀਆਂ ਧੜੇ ਹੈਗੇ ਆ ਸਾਰੇ ਆਪਣੇ ਆਪਸੀ ਵੈਰ ਵਿਰੋਧ ਭੁੱਲ ਕੇ ਇਸ ਮੁੱਦੇ ਦੇ ਉੱਤੇ ਅਸੀਂ ਸਾਰੇ ਫਿਰ ਦੁਬਾਰਾ ਇਕਜੁੱਟ ਹੋਈਏ, ਅਤੇ ਘਸੁੰਨ ਬਣ ਕੇ ਅਸੀਂ ਸੁਪਰੀਮ ਕੋਰਟ ਦੇ ਮੂੰਹ ਦੇ ਵੱਜੀਏ ਜਾ ਕੇ, ਤਾਂ ਕਿ ਉਹਨੂੰ ਉਹਦੀ ਅਕਲ ਟਿਕਾਣੇ ਆ ਜਾਵੇ, ਕਿਉਂਕਿ ਉਹ ਬਹੁਤ ਹੀ ਇਹ ਗਲਤ ਜਿਹੜਾ ਹੈਗਾ ਸਾਡੇ ਨਾਲ ਵਰਤਾਰਾ ਕੀਤਾ ਜਾ ਰਿਹਾ, ਜਿ ਸਾਰਿਆਂ ਨਾਲ ਹੀ ਕੀਤਾ ਜਾ ਰਿਹਾ, ਘੱਟ ਗਿਣਤੀ ਨਾਲ, ਦਲਿਤ ਭਾਈਚਾਰੇ ਨਾਲ, ਮੂਲ ਨਿਵਾਸੀਆਂ ਨਾਲ, ਲੇਕਿਨ ਸਿੱਖ ਜੋ ਕਿ ਇੰਨਾ ਅਸੀਂ ਕੁਰਬਾਨੀਆਂ ਕੀਤੀ ਸਾਡੇ ਗੁਰੂ ਸਾਹਿਬਾਨਾਂ ਨੇ, ਸਾਡੇ ਵੱਡੇ ਵਡੇਰਿਆਂ ਨੇ, ਅਤੇ ਅੱਜ ਸਾਨੂੰ ਪੁੱਛਦੇ ਪਏ ਹੈਗੇ ਕਿ ਤੁਹਾਡੇ ਵਾਸਤੇ ਪੱਗ ਕਿਉਂ ਜ਼ਰੂਰੀ ਹੈਗੀ ਹੈ, ਇਹ ਬਹੁਤ ਸੀਰੀਅਸ ਮਸਲਾ। ਮੈਂ ਫਿਰ ਦੁਬਾਰਾ ਬੇਨਤੀ ਕਰਾਂਗਾ ਸਿੱਖ ਚੈਨਲ ਦੇ ਰਾਹੀਂ ਕਿ ਜਿੰਨੀ ਵੀ ਜਥੇਬੰਦੀਆਂ ਹੈਗੀਆਂ, ਜਿੰਨੇ ਵੀ ਸਿੱਖ ਚਿੰਤਕ ਹੈਗੇ ਆ, ਉਹ ਸਾਰੀਆਂ ਗੱਲਾਂ ਛੱਡ ਕੇ ਇਸ ਮੁੱਦੇ ਦੇ ਉੱਤੇ ਬੜਾ ਠੋਕਵਾਂ ਜਵਾਬ ਜਿਹੜਾ ਹੈਗਾ ਸਾਨੂੰ ਸੁਪਰੀਮ ਕੋਰਟ ਨੂੰ ਅਤੇ ਭਾਰਤ ਦੀ ਸਰਕਾਰ ਨੂੰ ਦੇਣਾ ਚਾਹੀਦਾ ਹੈਗਾ। ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਧੰਨਵਾਦ ਕਰਾਂਗਾ ਸਾਰੇ ਵੀਰਾਂ ਦਾ ਜਿਹੜੇ ਅੱਜ ਇੱਥੇ ਆਏ ਹੈਗੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।